ਤੁਸੀਂ ਦੇਖ ਰਹੇ ਹੋ ABC ਪੰਜਾਬ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਪੁੱਲਰ ਸਭ ਦਾ ਸਵਾਗਤ ਕਰਦੇ ਆਂ ਇੱਕ ਵਾਰ ਫੇਰ ਲੈ ਕੇ ਹਾਜ਼ਰ ਆਂ ਐਮਐਲਏ ਦੀ ਕ੍ਰਾਈਮ ਕੁੰਡਲੀ ਅੱਜ ਅਸੀਂ ਐਮਐਲਏ ਦੀ ਕ੍ਰਾਈਮ ਕੁੰਡਲੀ 'ਚ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਮੋੜ ਜ਼ਿਲ੍ਹਾ ਬਠਿੰਡਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਨੌਜਵਾਨ ਚਿਹਰੇ ਨੇ ਸੁਖਬੀਰ ਸਿੰਘ ਮੈਸਰਖਾਨਾ ਸੁਖਬੀਰ ਸਿੰਘ ਹੋਣਾ ਨੇ ਇਹਨਾਂ 2022 ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੇ ਵੱਡੇ ਚਿਹਰੇ ਹਰਾ ਕੇ ਵਿਧਾਇਕੀ ਜਿੱਤੀ ਆ ਜਿਹਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸਨ ਜਗਮੀਤ ਸਿੰਘ ਬਰਾੜ ਆਜ਼ਾਦ ਉਮੀਦਵਾਰ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਵੀ ਮਦਦ ਕੀਤੀ ਸੀ ਉਸੇ ਲਖਾ ਸਦਾਣਾ ਅਤੇ ਕਾਂਗਰਸ ਪਾਰਟੀ ਵੱਲੋਂ ਮਨੋਜ ਬਾਲਾ ਜਿਹੜੇ ਸਾਬਕਾ ਵਿਧਾਇਕ ਮੰਤਰਾ ਬਾਂਸਲ ਦੀ ਜੀਵਨ ਸਾਥਣ ਸੀ ਉਹਨਾਂ ਨੂੰ ਰਾਕੇ ਸੁਭੀਸ਼ ਸਿੰਘ ਮੈਸਰ ਖਾਨਾ ਵਿਧਾਇਕ ਬਣੇ ਨੇ ਪਿਛਲੀ ਵਾਰ ਵੀ 2017 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਇਹ ਹਲਕਾ ਆਮ ਆਦਮੀ ਪਾਰਟੀ ਕੋਲ ਸੀ ਤਦ ਜਗਦੇਵ ਸਿੰਘ ਕਮਾਲੂ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਸੀ ਲੇਕਿਨ ਬਾਅਦ ਵਿੱਚ ਜਦੋਂ ਪੰਗਾ ਪੈਂਦਾ ਪਾਰਟੀ ਦੇ ਵਿੱਚ ਦੋ ਧੜੇ ਵਾਂਜਨਿਤ ਉਹ ਫਿਰ ਸੁਖਪਾਲ ਸਿੰਘ ਖੈਰਾ ਦੇ ਨਾਲ ਚਲੇ ਜਾਂਦੇ ਨੇ ਫਿਰ ਸੁਪਾਲ ਸਿੰਘ ਖੈਰਾ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਹੀ ਸ਼ਾਮਲ ਹੋ ਜਾਂਦੇ ਨੇ ਲੇਕਿਨ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਇਸ ਵਾਰ ਸੁਬੀਰ ਸਿੰਘ ਮੈਸਰਖਾਨਾ ਨੂੰ ਟਿਕਟ ਮਿਲੀ ਸੀ ਇੱਕ ਪਾਸੇ ਮੁਕਾਬਲਾ ਸਖਤ ਸੀ ਇੱਕ ਪਾਸੇ ਲੱਖਾਂ ਸਦਾਣਾ ਸੀ ਦੂਜੇ ਪਾਸੇ ਸੁਬੀਰ ਸਿੰਘ ਮੈਸਰਖਾਨਾ ਔਰ ਸੁਬੀਰ ਸਿੰਘ ਮੈਸਰਖਾਨਾ ਦੇ ਖਿਲਾਫ ਵੀ ਚਾਰ ਕੇਸ ਰਜਿਸਟਰਡ ਹਨ ਉਹਨਾਂ ਚੋਂ ਤਿੰਨ ਜਿਹੜੇ ਕੇਸ ਨੇ ਉਹ ਕਾਫੀ ਸੀਰੀਅਸ ਨੇ ਔਰ ਇੱਕ ਕੇਸ ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਵੀ ਫਰੇਮ ਹੋ ਚੁੱਕੇ ਨੇ ਮਤਲਬ ਉਹ ਉਹਨਾਂ ਨੂੰ ਇਹਨਾਂ ਦੇ ਖਿਲਾਫ ਫਰੇਮ ਹੋ ਚੁੱਕੇ ਨੇ ਹਾਲਾਂਕਿ ਅਪੀਲ ਨਹੀਂ ਕੀਤੀ ਗਈ ਲੇਕਿਨ ਜਿਹੜੇ ਦੋਸ਼ ਨੇ ਚਾਰਜ ਨੇ ਉਹ ਫਰੇਮ ਹੋ ਚੁੱਕੇ ਨੇ ਅ ਅਗਰ ਸਭ ਤੋਂ ਪਹਿਲਾਂ ਜਿਹੜੇ ਕੇਸ ਨੰਬਰ ਦੀ ਗੱਲ ਕੀਤੀ ਜਾਵੇ ਕਿਹੜਾ ਇਹਨਾਂ ਦੇ ਖਿਲਾਫ ਕਿਹੜਾ ਪਹਿਲਾ ਕੇਸ ਦਰਜ ਹੋਇਆ ਇਹ ਗੱਲ ਕੀਤੀ ਜਾਵੇ ਤਾਂ ਮੁਕੱਦਮਾ ਨੰਬਰ 108 ਇਹ 24 ਜੂਨ 2020 ਨੂੰ ਇਹਨਾਂ ਦੇ ਖਿਲਾਫ ਪੁਲਿਸ ਸਟੇਸ਼ਨ ਕੋਤਵਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਰਚਾ ਦਰਜ ਹੋਇਆ ਸੀ ਇਹਨਾਂ ਦੇ ਖਿਲਾਫ ਔਰ ਆਈਪੀਸੀ ਸੈਕਸ਼ਨ 188 ਦੇ ਤਹਿਤ ਇਹਨਾਂ ਦੇ ਖਿਲਾਫ ਕੇਸ ਰਜਿਸਟਰਡ ਹੋਇਆ ਸੀ ਚਾਰਜ ਇਸ ਕੇਸ ਦੇ ਵਿੱਚ ਫਰੇਮ ਨਹੀਂ ਹੋਏ ਤੇ ਨਾ ਹੀ ਇਹਨਾਂ ਵੱਲੋਂ ਕੋਈ ਅਪੀਲ ਫਾਈਲ ਹੋਈ ਹੈ ਦੂਜਾ ਜਿਹੜਾ ਕੇਸ ਆ ਉਹ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 17 25 ਜਨਵਰੀ 2118 ਨੂੰ ਪੁਲਿਸ ਸਟੇਸ਼ਨ ਮੋੜ ਵਿਕੇ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ 420 ਦਿੱਤਾ ਹੈ 420 ਸਾਰਿਆਂ ਨੂੰ ਪਤਾ ਹੈਗਾ ਬੇਈਮਾਨੀ ਧੋਖਾਧੜੀ ਹੀਰਾਫੇਰੀ ਉਸ ਮਸਲੇ 'ਚ ਇਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਹੋਇਆਈ ਔਰ ਇਹਨਾਂ ਦੇ ਖਿਲਾਫ ਜਿਹੜੇ ਚਾਰਜ ਨੇ ਉਹ ਵੀ ਫਰੇਮ ਹੋ ਚੁੱਕੇ ਨੇ ਦੋਸ਼ ਵੀ ਫਰੇਮ ਹੋ ਚੁੱਕੇ ਨੇ 29 ਅਗਸਤ 2018 ਨੂੰ ਇਹਨਾਂ ਦੇ ਖਿਲਾਫ ਜਿਹੜੇ ਦੋਸ਼ ਲੱਗੇ ਨੇ ਉਹ ਫਰੇਮ ਹੋਏ ਸਨ ਤੇ ਇਹਨਾਂ ਵੱਲੋਂ ਕੋਈ ਅਪੀਲ ਫਾਈਲ ਨਹੀਂ ਕੀਤੀ ਇਹ ਇਹਨਾਂ ਦੇ ਖਿਲਾਫ ਦੂਜਾ ਕੇਸ ਹੀ 420 ਦਾ ਧੋਖਾਧੜੀ ਹੀਰਾਫੇਰੀ ਬੇਈਮਾਨੀ ਦੇ ਜਿਹੜੀ 420 ਅਗਰ ਉਹਦੀ ਪਰਿਭਾਸ਼ਾ ਪੜ੍ਹੀ ਜਾਵੇ ਕਾਨੂੰਨੀ ਤੌਰ ਤੇ ਤੇ ਉਹ ਪਰਭਾਸ਼ਿਤ ਹੁੰਦਾ ਏਰਾ ਫੇਰੀ ਧੋਖਾ ਦੇ ਡੀ ਠੱਗੀ ਬੇਈਮਾਨੀ ਇਦਾਂ ਦੇ ਇਹਦੀ ਪਰਿਭਾਸ਼ਾ 420 ਦੀ ਜਿਹੜੀ ਆਈਪੀਸੀ ਸੈਕਸ਼ਨ 420 ਤੀਜਾ ਜਿਹੜਾ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਉਹ ਹੋਇਆ ਸੀ ਮੁਕੱਦਮਾ ਨੰਬਰ 130 20 ਜੁਲਾਈ 2017 ਨੂੰ ਇਹ ਵੀ ਪੁਲਿਸ ਸਟੇਸ਼ਨ ਮੋੜ ਦੇ ਵਿੱਚ ਹੋਇਆ ਸੀ ਚਾਰਜ ਫਰੇਮ ਨਹੀਂ ਹੋਏ ਇਨਾਂ ਦੇ ਖਿਲਾਫ ਜਿਹੜੀ ਧਾਰਾ ਲੱਗੀ ਸੀ ਉਹ ਸੀ 341 324 323 34 ਤੇ ਪੁਲਿਸ ਸਟੇਸ਼ਨ ਮੋੜ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਰਜਿਸਟਰਡ ਹੋਇਆ ਔਰ ਨਾਲ ਦੀ ਨਾਲ ਅਗਰ ਇਹਨਾਂ ਦੇ ਖਿਲਾਫ ਚੌਥੇ ਕੇਸ ਦੀ ਗੱਲ ਕੀਤੀ ਜਾਵੇ ਤਾਂ ਚੌਥਾ ਕੇਸ ਵੀ ਇਹਨਾਂ ਦੇ ਮਕਦਮਾ ਨੰਬਰ 11 ਸੀ ਇਹਨਾਂ ਦੇ ਖਿਲਾਫ ਦਰਜ ਹੋਇਆ ਸੀ 24 April 2008 ਨੂੰ ਪੁਲਿਸ ਸਟੇਸ਼ਨ ਕੋਰਟ ਫੱਤਾ ਜ਼ਿਲ੍ਹਾ ਬਠਿੰਡਾ ਚਾਰਜ ਨਹੀਂ ਫਰੇਮ ਹੋਇਆ ਤੇ ਨਾ ਹੀ ਅਪੀਲ ਕੋਈ ਫਾਇਲ ਹੋਈ ਆ ਤੇ ਇਹਨਾਂ ਦੀ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਮਕਦਮਾ ਨੰਬਰ 11 ਨੂੰ ਤੇ 11 ਦੇ ਤਹਿਤ 24 April 2008 ਨੂੰ ਕੇਸ ਰਜਿਸਟਰਡ ਹੋਇਆ ਸੀ ਉਹ ਘੱਟੋ ਘਾਟ ਇਹਨਾਂ ਤੇ ਚਾਰ ਵੱਖ-ਵੱਖ ਤਰ੍ਹਾਂ ਦੀਆਂ ਧਾਰਾ ਲੱਗੀਆਂ ਸਨ ਜਿਹਦੇ 'ਚ ਆਪਾਂ 324 ਸਾਰਾ ਪਤਾ 323 148 149 ਇਹ ਚਾਰ ਕੇਸ ਨੇ ਸੁਬੀਤ ਸਿੰਘ ਮੈਸਰ ਖਾਨਾ ਦੇ ਖਿਲਾਫ ਔਰ ਇੱਕ ਕੇਸ ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੇ ਚਾਰਜ ਨੇ ਉਹ ਫਰੇਮ ਹੋ ਚੁੱਕੇ ਨੇ ਔਰ ਇਹਨਾਂ ਨੇ ਹਰਾਇਆ ਕਿਨੂੰ ਲੱਖਾ ਸਦਾਨਾ ਨੂੰ ਲੱਖਾ ਸਦਾਨਾ ਕਿਉਂਕਿ ਪਹਿਲਾਂ ਉਹਨਾਂ ਦਾ ਜਿਹੜਾ ਅਤੀਤ ਆ ਉਹ ਸਾਰਿਆਂ ਨੂੰ ਪਤਾ ਕਿ ਉਹ ਵੀ ਗੈਂਗਸਟਰ ਦੀ ਦੁਨੀਆ ਦੇ ਵਿੱਚ ਰਹੇ ਨੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮੋੜ ਆ ਪੰਜਾਬ ਵੱਲ ਪੰਜਾਬੀਅਤ ਵੱਲ ਤੇ ਪੰਜਾਬੀਅਤ ਵੱਲ ਕੀਤਾ ਹੈਗਾ ਬਹੁਤ ਸਾਰੇ ਉਹ ਮਸਲੇ ਉਠਾਉਂਦੇ ਰਹੇ ਨੇ ਕੋਡੋਂ ਦੇ ਦੋ ਵਾਰਾਂ ਹਮਲੇ ਹੋਏ ਨੇ ਜਾਣ ਲੇਵਾ ਮਸਾਂ ਬੱਚੇ ਨੇ ਲੇਕਿਨ ਜਿਹੜੇ ਉਸ ਹਲਕੇ ਤੋਂ ਜਿੱਤੇ ਨੇ ਉਹਨਾਂ ਦੇ ਖਿਲਾਫ ਵੀ ਚਾਰ ਕੇਸ ਦਰਜ ਨੇ ਸੁਬੀ ਸਿੰਘ ਮਾਇਸਰਖਾਨਾ ਦੇ ਖਿਲਾਫ ਹੁਣ ਹਲਕਾ ਮੋੜ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਸ ਫਤਵੇ ਦਾ ਤੇ ਸਾਰਿਆਂ ਨੂੰ ਸਤਕਾਰ ਕਰਨਾ ਚਾਹੀਦਾ ਸਵਾਗਤ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਨੇ ਚੁਣਿਆ ਕਿ ਜਿਹੜੇ ਚਾਰ ਵੱਡੇ ਚਿਹਰੇ ਸਨ ਜਿਨ੍ਹਾਂ ਚ ਜਗਮੀਤ ਸਿੰਘ ਬਰਾੜ ਲਖਾ ਸਦਾਣਾ ਮਨੂਜ ਬਾਲਾ ਔਰ ਚੌਥਾ ਸੁਬੀ ਸਿੰਘ ਮਾਇਸਰਖਾਨਾ ਇਹ ਤਿੰਨਾ ਨਾਲ ਉਹ ਇਹ ਚੰਗਾ ਆਊਗਾ ਇਹ ਚੰਗਾ ਵਾ ਲੋਕਾਂ ਨੇ ਜਿਤਾ ਕੇ ਭੇਜਿਆ ਔਰ ਇਸ ਚੰਗੇ ਤੇ ਵੀ ਚਾਰ ਕੇਸ ਰਜਿਸਟਰਡ ਨੇ ਔਰ ਇਹ ਕੇਸ ਵੱਖ-ਵੱਖ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਉਹਨਾਂ ਦੇ ਵਿੱਚ ਚੱਲ ਰਹੇ ਨੇ 420 ਦਾ ਇਹ ਵੀ ਆਪਣੇ ਆਪ ਚ ਇੱਕ ਬੜਾ ਠੱਗੀ ਵਾਲਾ ਹੀਰਾ ਫੇਰੀ ਵਾਲਾ ਧੋਖਾਧੜੀ ਵਾਲਾ ਬੇਈਮਾਨੀ ਵਾਲਾ ਇਹ ਕੇਸ ਨੇ ਹੌਣ ਹਲਕੇ ਦੇ ਲੋਕਾਂ ਨੇ ਜਿਤਾ ਕੇ ਭੇਜਤਾ ਸੁਬੀਤ ਸਿੰਘ ਮੈਸਰਖਰਨਾ ਨੂੰ ਬਠਿੰਡੇ ਦੀ ਇੰਪੋਰਟੈਂਟ ਸੀਟ ਆ ਮੋੜ ਹਲਕੇ ਦੇ ਲੋਕਾਂ ਦਾ ਮਾਣ ਬਣਿਆ ਸੁਬੀਤ ਸਿੰਘ ਮੈਸਰਖਰਨਾ ਵਿਧਾਨ ਸਭਾ ਚ ਕਿੰਨੀ ਵਧੀਆ ਪਰਫਾਰਮੈਂਸ ਦਿੰਦੇ ਨੇ ਔਰ ਹਲਕੇ ਦੇ ਲੋਕਾਂ ਦੀਆਂ ਕਿੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਉਹ ਆਪਣੀ ਸਰਕਾਰ ਨਾਲ ਲੜਨਗੇ ਗਰੰਟਾ ਲੈਣਗੇ ਡਿਵੈਲਪਮੈਂਟ ਕਰਨਗੇ ਚਾਹੇ ਐਜੂਕੇਸ਼ਨ ਆ ਚਾਹੇ ਹੈਲਥ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਆ ਕੇ ਜਿਹੜੀ ਚਾਹੇ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਸੀ ਜਾਂ 111 ਦਿਨ ਦੀ ਚਰਨਜੀਤ ਸਿੰਘ ਚੰਨੀ ਹਨੇ ਸਰਕਾਰ ਸੀ ਉਹਨਾਂ ਨੂੰ ਖਾਸ ਕਰਕੇ ਦੋ ਸੈਕਟਰਾਂ ਤੇ ਲੈ ਕੇ ਬਹੁਤ ਭੰਡਿਆ ਸੀ ਇੱਕ ਹੈਲਥ ਨੂੰ ਲੈ ਕੇ ਕਿ ਪੰਜਾਬ ਦੀ ਹੈਲਥ ਸਰਵਿਸ ਬਹੁਤ ਮਾੜੀ ਆ ਸਿਹਤ ਸਵਾਵਾ ਬਹੁਤ ਮਾੜੀਆਂ ਨੇ ਦੂਜਾ ਸਰਕਾਰ ਪੰਜਾਬ ਦੀ ਜਿਹੜੀ ਸਰਕਾਰੀ ਸਕੂਲੀ ਸਿੱਖਿਆ ਕਿ ਬਾਹਰ ਤੇ ਦਵਾਰਾਂ ਨੂੰ ਰੰਗ ਰੋਗਣ ਲਾਤਾ ਪੋਚਾ ਫੇਰਤਾ ਸੋਹਣੇ ਸੋਹਣੇ ਬਾਹਰ ਲਿਖ ਕੇ ਬਾੜ ਸਕੂਲ ਅੰਦਰੋਂ ਹਾਲਾਤ ਮਾੜੇ ਨੇ ਡਿਪਟੀ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਸੀ ਮਨੀਸ਼ ਸੋਧਿਆ ਉਹ ਵੀ ਪੰਜਾਬ ਦੇ ਸਕੂਲਾਂ 'ਚ ਢੀਡੀਆਂ ਮਾਰਦੇ ਰਹੇ ਉੱਥੋਂ ਦੇ ਦਿੱਲੀ ਦੇ ਹੈਲਥ ਮਿਨਿਸਟਰ ਸਤਿੰਦਰ ਜੈਨ ਉਹ ਵੀ ਢੀਡੀਆਂ ਮਾਰਦੇ ਰਹੇ ਲੋਕਾਂ ਨੇ ਜਿਹੜਾ ਮਨ ਬਣਾਇਆ ਕਿ ਵਾਕੇ ਪੰਜਾਬ 'ਚ ਪਿਛਲੇ ਕਈ ਸਾਲਾਂ ਤੋਂ ਵਿਕਾਸ ਨਹੀਂ ਹੋਇਆ ਤੇ ਜਦ ਹੁਣ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਆਂ ਤੇ ਪੰਜਾਬ 'ਚ ਵਿਕਾਸ ਕਰਾਏਗੀ ਪੰਜਾਬ 'ਚ ਸਿਹਤ ਸੁਵਾਂਵਾ ਸਿੱਖਿਆ ਸੁਵਾਂਵਾ ਜਾਂ ਹੋਰ ਜਿਹੜੀਆਂ ਸਰਕਾਰਾਂ ਦੇ ਮੁਢਲੇ ਫਰਜ਼ ਬੰਦੇ ਉਸ ਤੇ ਮਿਹਨਤ ਕਰੇਗੀ ਉਹਨਾਂ ਨੂੰ ਡਿਵੈਲਪਮੈਂਟ ਕਰੇਗੀ ਤਰੱਕੀ ਕਰੇਗੀ ਵਕਾਸ ਕਰੇਗੀ ਪਰ ਨਾਲ ਦੇ ਨਾਲ ਜਿਹੜੇ ਐਮਐਲਏ ਇਸ ਵਾਰ ਜਿੱਤੇ ਨੇ ਅਸੀਂ ਇਹ ਨਹੀਂ ਹੈ ਕਿ ਸਿਰਫ ਇੱਕ ਪਾਰਟੀ ਦੇ ਹੀ ਦੱਸ ਰਹੇ ਕਿਉਂਕਿ ਇੱਕ ਪਾਰਟੀ ਦੇ ਇਸ ਕਰਕੇ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤੇ ਨੇ ਉਹਨਾਂ 'ਚ 58 ਤੇ ਕੇਸ ਰਜਿਸਟਰਡ ਨੇ ਕਾਂਗਰਸ ਦੇ 18 ਨੇ ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਨੇ ਸ਼੍ਰੋਮਣੀ ਕਾਲੀ ਦਲ ਦੇ ਤਿੰਨ ਤਿੰਨਾਂ 'ਚੋਂ ਦੋਨਾਂ ਦੇ ਖਿਲਾਫ ਵੀ ਕੇਸ ਰਜਿਸਟਰਡ ਨੇ ਵਾਰੀ-ਵਾਰੀ ਕਰਕੇ ਅਸੀਂ ਹਰ ਇੱਕ ਐਮ.ਐਲ.ਏ ਦੀ ਜਿਨ੍ਹਾਂ ਦੇ ਖਿਲਾਫ ਕ੍ਰਿਮਿਨਲ ਕੇਸ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਕੇਸ ਕੇਸ ਨੇ ਚਾਹੇ 307 ਦਾ ਕਿਸੇ ਨੂੰ ਇਰਾਦਾ ਕਤਲ ਚਾਹੇ 302 ਹੱਤਿਆ ਦਾ ਮਸਲਾ ਹੋਵੇ ਧੋਖਾਧੜੀ ਦਾ ਹੋਵੇ ਹਿਰਾਫੇਰੀ ਦਾ ਹੋਵੇ ਠੱਗੀਆਂ ਦਾ ਹੋਵੇ ਦੰਗੇ ਭੜਕਾਉਣ ਦਾ ਹੋਵੇ ਜਿੰਨੇ ਵੀ ਕੇਸ ਰਜਿਸਟਰਡ ਨੇ ਜਿਹੜੇ ਜਿੱਤੇ ਹੋਏ ਵਿਧਾਇਕ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਸਾਰੇ ਐਮਐਲਏ ਦੀ ਇੱਕ ਇੱਕ ਕਰਕੇ ਕੁੰਡਲੀ ਫਰੋਲਾਂਗੇ ਤੇ ਅੱਜ ਅਸੀਂ ਦੱਸਿਆ ਕਿ ਸੁਬੀਰ ਸਿੰਘ ਮੈਸਰਖਾਨਾ ਨੌਜਵਾਨ ਵਿਧਾਇਕ ਨੇ ਉਹਨਾਂ ਦੇ ਖਿਲਾਫ 4 ਕੇਸ ਰਜਿਸਟਰਡ ਨੇ ਤਿੰਨ ਕੇਸ ਸੀਰੀਅਸ ਨੇ ਲੇਕਿਨ ਫਿਰ ਵੀ ਹਲਕੇ ਦੇ ਲੋਕਾਂ ਦਾ ਮਾਣ ਬਣ ਕੇ ਪੰਜਾਬ ਵਿਧਾਨ ਸਭਾ 'ਚ ਪਹੁੰਚੇ ਨੇ ਕਿੰਨੀਆਂ ਹਲਕਾ ਮੋੜ ਦੇ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਦੇ ਨੇ ਇਹ ਵੀ ਸਮਾਂ ਬਹੁਤ ਆ ਦੂਰ ਨਹੀਂ ਹੈ ਲੇਕਿਨ ਅਗਲੇ ਇੱਕ ਹੋਰ ਐਮਐਲਏ ਦੀ ਅਸੀਂ ਕ੍ਰਾਈਮ ਕੁੰਡਲੀ ਫਰੋਲਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ এবিসি ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ